ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਉਪਰਾਲੇ ਤਹਿਤ ਸੁਨੱਖੀ ਪੰਜਾਬਣ ਸੀਜ਼ਨ 6 ਦੇ ਆਡੀਸ਼ਨ ਦਿੱਲੀ ਵਿੱਚ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਮੁਟਿਆਰਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਪ੍ਰਬੰਧਕ ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਦੱਸ ਦਈਏ ਕਿ ਚੜ੍ਹਦੀ ਕਲਾ ਟਾਈਮ ਟੀਵੀ ਇਸ ਇਵੈਂਟ ਦਾ ਮੀਡੀਆ ਪਾਰਟਨਰ ਹੈ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਖੂਬਸੂਰਤ ਮੰਚ ਦਿੱਲੀ ਦਾ ਪਹਿਲਾ ਪੰਜਾਬੀ ਬਿਊਟੀ ਪੇਜੈਂਟ, ਦਿੱਲੀ ਦੀ ਸ਼ਾਨ, ਪੰਜਾਬਣਾਂ ਦਾ ਮਾਣ, ਸੁਨੱਖੀ ਪੰਜਾਬਣ ਮਾਂ ਦੀਆਂ ਦੁਆਵਾਂ ਦੇ ਨਾਲ 6 ਸਾਲ ਅੱਜ ਪੂਰੇ ਕਰ ਰਿਹਾ ਜੀ। 6ਵਾਂ ਆਡੀਸ਼ਨਸ 7 ਜੁਲਾਈ 2024 ਦਿਨ ਐਤਵਾਰ ਭਾਰਤੀ ਵਿੱਦਿਆ ਪੀਠ ਪੱਛਮ ਵਿਹਾਰ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ। ਸਭ ਤੋਂ ਪਹਿਲੇ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਦਰਦੀ ਪਰਿਵਾਰ ਦਾ, ਅੰਮ੍ਰਿਤਪਾਲ ਸਿੰਘ ਜੀ ਦਾ, ਜੋ ਸਾਡੇ ਪ੍ਰੋਗਰਾਮ ਨੂੰ ਸਾਡੇ ਸੀਜ਼ਨ 1 ਤੋਂ 2019 ਤੋਂ ਟੈਲੀਕਾਸਟ ਕਰਦੇ ਨੇ ਔਰ ਹੌਸਲਾ ਅਫਜ਼ਾਈ ਕਰਦੇ ਨੇ ਸਾਡੀ ਪੰਜਾਬਣਾ ਦਾ। ਖਾਸ ਤੌਰ 'ਤੇ ਦਿੱਲੀ ਹੀ ਨਹੀਂ, ਇਸ ਵਾਰ ਦੀ ਐਂਟਰੀਜ਼ ਦੀ ਜਿਹੜੀ ਗੱਲ ਕਰੀਏ, ਮੁੰਬਈ, ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹੇ ਤੋਂ, ਲੁਧਿਆਣੇ ਤੋਂ, ਪਟਿਆਲੇ ਤੋਂ ਔਰ ਔਰੰਗਾਬਾਦ, ਬਨਾਰਸ, ਮਥੁਰਾ, ਆਗਰਾ, ਫਤਿਹਪੁਰ ਚੂੜੀਆਂ, ਇੱਥੋਂ ਅਲੱਗ ਅਲੱਗ ਥਾਵਾਂ ਤੋਂ ਜਿਹੜੀ ਉਹ ਐਂਟਰੀਜ਼ ਆਈ ਹੈ ਔਰ ਆਫਲਾਈਨ ਔਨਲਾਈਨ ਦੋਨੋਂ ਮੋਡਸ 'ਤੇ ਜਿਹੜੇ ਆਡੀਸ਼ਨਸ ਕੀਤੇ ਗਏ ਹੈ। ਔਰ ਇਹੀਓ ਦੁਆਵਾਂ ਤੁਹਾਡੇ ਕੋਲੋਂ ਮੰਗਦੇ ਹਾਂ ਕਿ ਜੋ ਸੁਨੱਖੀ ਪੰਜਾਬਣ ਦਾ ਮੁੱਖ ਮੰਤਵ ਹੈ ਕਿ ਮਾਂ ਬੋਲੀ ਪੰਜਾਬੀ ਆਪਣਾ ਸੱਭਿਆਚਾਰ ਅਤੇ ਆਪਣੇ ਵਿਰਾਸਤ ਨੂੰ ਸੰਜੋ ਕੇ ਰੱਖੀਏ ਅਤੇ ਆਪਣੀ ਬੱਚੀਆਂ 'ਚ ਜੋ ਆਪਣੇ ਸੱਭਿਆਚਾਰ ਨੂੰ ਉਹਦੀ ਝਲਕ ਦੇਖਣ ਨੂੰ ਸਾਨੂੰ ਮਿਲੇ।